मैं पार्टी का प्रधान सा पर पंजाब च आम आदमी पार्टी का कोई अकाउंट नहीं सी। अकाउंट सारे दिल्ली सीगे। जिन्ना पैसा बाहरों आया वो दिल्ली गया सीधा। हुण भगवंत नूं लागे भाल के कहिंदा वी मैं साफ चेहरा लभ रहा, उहदे मन ते की गुजरदी होगी। तो सानूं कहिंदा जी पानी छोड़ो पानी छोड़ो, सियासत करो। जदों वक्त आया लोकां नूं नवाजण दा जिन्हां ने अपने घर बार छड़ के कम कीते सी, उदों फिर पैसे लै लै के फिर वड्डा छोटा वेख के जिहड़े आम बंदे वर्कर सीगे उहनां सारिआं नूं इगनोर कीता गया। मैं तां पंजाब दे लोकां कोल रुपया रुपया इकट्ठा करके 25-30 लाख रुपया कैश दे के आया सी उहनूं, मैनूं कोई रसीद नहीं उहदी दित्ती उहने। आम आदमी पार्टी दा जी कहणी ते कथनी दा बहुत फर्क है। आम आदमी पार्टी गल्लां ते इह करदी सी भई इस पार्टी दे विच कोई वड्डा निक्का नहीं देखा जा, कम देखा जाऊगा, कम नूं पहल दित्ती जाऊगी, इमानदारी नूं पहल दित्ती जाऊगी, राम राज होऊगा, इत्थे कम करन वाले बंदे जिहड़े उहनां नूं अगे लिआंदा जाऊगा। पर मैं जदों देखिआ उहदे विच पार्टी वास्ते दिन रात आपां मेहनत कीती, मैं 18 घंटे सड़क ते रहिंदा सी, इक इक दिन च 10-15 मीटिंगां करदा सी, 100-200 टैलीफोन सुणदा सी। लोकां च बड़ा उत्साह सी पर लीडरशिप तों लोकां नूं बहुत निराशा होई। ਜਦੋਂ ਵਕਤ ਆਇਆ ਲੋਕਾਂ ਨੂੰ ਨਵਾਜਣ ਦਾ ਜਿਨ੍ਹਾਂ ਨੇ ਆਪਣੇ ਘਰ ਬਾਰ ਛੱਡ ਕੇ ਕੰਮ ਕੀਤੇ ਸੀ, ਉਦੋਂ ਫਿਰ ਪੈਸੇ ਲੈ ਲੈ ਕੇ ਫਿਰ ਵੱਡਾ ਛੋਟਾ ਵੇਖ ਕੇ ਜਿਹੜੇ ਆਮ ਬੰਦੇ ਵਰਕਰ ਸੀਗੇ ਉਹਨਾਂ ਸਾਰਿਆਂ ਨੂੰ ਇਗਨੋਰ ਕੀਤਾ ਗਿਆ। ਤੇ ਫਿਰ ਮੇਰਾ ਉਹਨਾਂ ਤੋਂ ਉਸ ਵੇਲੇ ਮਨ ਖੱਟਾ ਹੋ ਗਿਆ ਸੀ। ਉਹ ਪੰਜਾਬ ਦੇ ਵਿੱਚ ਸਾਡਾ ਪਾਣੀ ਸਾਡੀ ਲਾਈਫ ਲਾਈਨ ਆ। ਅਸੀਂ ਜਦੋਂ ਆਪਣੇ ਉਸ ਲੀਡਰ ਨੂੰ ਕਹਿੰਦੇ ਸਾਂ ਵੀ ਪੰਜਾਬ ਦੇ ਮਸਲਿਆਂ 'ਤੇ ਤੁਸੀਂ ਗੱਲ ਨਾ ਕਰਿਆ ਕਰੋ, ਤੁਸੀਂ ਨੈਸ਼ਨਲ ਲੀਡਰ ਜੇ, ਇਹ ਸਾਨੂੰ ਸਟੇਟ ਵਾਲਿਆਂ ਨੂੰ ਅਸੀਂ ਬੋਲਣਾ ਕਿਉਂਕਿ ਅਸੀਂ ਪੰਜਾਬ ਦਾ ਪਾਣੀ ਛੱਡ ਨਹੀਂ ਸਕਦੇ, ਤੁਹਾਡਾ ਇੰਟਰਸਟ ਹਰਿਆਣਾ ਵੀ ਆ, ਤੁਹਾਡਾ ਦਿੱਲੀ ਵੀ ਆ, ਤਾਂ ਤੁਸੀਂ ਇੱਥੇ ਨਾ ਬੋਲਿਆ ਕਰੋ। ਤਾਂ ਸਾਨੂੰ ਕਹਿੰਦਾ ਜੀ ਪਾਣੀ ਛੋੜੋ ਸਿਆਸਤ ਕਰੋ। ਮੈਂ ਕਿਹਾ ਜੀ ਪਾਣੀ ਤੋਂ ਬਿਨਾਂ ਸਾਡੀ ਸਿਆਸਤ ਕਰੀ ਹੈ? ਅਸੀਂ ਕੋਈ ਅਹੁਦਿਆਂ ਵਾਸਤੇ ਲੜ ਰਹੇ ਹਾਂ? ਜੇ ਸਾਡੇ ਪੰਜਾਬ ਹੀ ਬੰਜਰ ਹੋ ਗਿਆ, ਪੰਜਾਬ ਹੀ ਰੇਗਿਸਤਾਨ ਬਣ ਗਿਆ, ਤਾਂ ਫਿਰ ਅਸੀਂ ਸਿਆਸਤ 'ਚੋਂ ਲੈਣਾ ਕੀ ਹੈ? ਮੈਂ ਕਰੋ ਗੱਲ ਹਾਂਜੀ ਹਾਂਜੀ ਜੀ 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 ਤੁਸੀਂ ਇਹ ਸੱਚ ਦੱਸਿਆ ਸੀ ਕਿ ਜਿਹੜਾ ਪੈਸਾ ਆਇਆ ਉਹ ਮੈਂ ਇਹਨਾਂ ਦੀ ਬਿਹਤਰੀ ਵਾਸਤੇ ਹੀ ਆਪਣੇ ਕੋਲ ਰੱਖ ਕੇ ਬਾਕੀ ਜਮ੍ਹਾਂ ਨਹੀਂ ਜੀ। ਮੇਰੀ ਗੱਲ ਸੁਣੋ, ਮੈਂ ਤਾਂ ਕਸਮ ਖਾਨਾ ਕਿ ਮੈਂ ਬਾਹਰ ਦਾ ਪੈਸਾ ਹਾਲ ਤੱਕ ਵੇਖਿਆ ਨਹੀਂ ਵੀ ਡਾਲਰ ਪਾਉਂਡ ਹੁੰਦਾ ਕਿਹੋ ਜਿਹਾ ਵਾ। ਤੁਸੀਂ ਕਹਿੰਦੇ ਮੇਰੇ ਕੋਲ ਆਇਆ, ਮੇਰਾ ਤਾਂ ਇੱਥੇ ਅਕਾਊਂਟ ਹੀ ਕੋਈ ਨਹੀਂ ਸੀ ਪੰਜਾਬ 'ਚ। ਮੈਂ ਪਾਰਟੀ ਦਾ ਪ੍ਰਧਾਨ ਸਾਂ ਪਰ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਕੋਈ ਅਕਾਊਂਟ ਨਹੀਂ ਸੀ। ਅਕਾਊਂਟ ਸਾਰੇ ਦਿੱਲੀ ਸੀਗੇ। ਜਿੰਨਾ ਪੈਸਾ ਬਾਹਰੋਂ ਆਇਆ ਉਹ ਦਿੱਲੀ ਗਿਆ ਸਿੱਧਾ, ਮੈਂ ਤਾਂ ਬਾਹਰ ਗਿਆ ਹੀ ਨਹੀਂ। ਮੈਂ ਬਾਹਰ ਉਸ ਟਨਿਓਰ ਦੇ ਵਿੱਚ ਕਿਸੇ ਮੁਲਕ 'ਚ ਨਹੀਂ ਗਿਆ, ਨਾ ਮੇਰੇ ਕੋਲ ਪੈਸਾ ਆਇਆ। ਇੱਥੇ ਜਿਹੜਾ ਫੰਡ ਰੇਜ਼ਿੰਗ ਹੋਇਆ ਸੀ ਉਹ ਵੀ ਲੈ ਜਾਓ। ਉਹਨੇ ਇਲਜ਼ਾਮ ਇਹ ਲਾਇਆ ਸੀ ਕਿ ਜਿਹੜਾ ਬਾਹਰੋਂ ਪੈਸਾ ਆਇਆ ਉਹਦੇ ਵਿੱਚੋਂ ਸੁੱਚਾ ਸਿੰਘ ਆਇਆ ਹੀ ਨਹੀਂ, ਮੇਰੇ ਕੋਲ ਇੱਥੇ ਆਇਆ ਹੀ ਨਹੀਂ, ਪੰਜਾਬ 'ਚ ਤਾਂ ਪੈਸਾ ਹੀ ਨਹੀਂ ਆਇਆ, ਸਿੱਧਾ ਦਿੱਲੀ ਚਲਾ ਗਿਆ। ਡਿਮਾਂਡ ਕਰੇਂਗੇ ਕਿ ED ਨੂੰ ਇਹਦੀ ਇਨਵੈਸਟੀਗੇਟ ਕਰੇ? ਬਿਲਕੁਲ ਕਰਨੀ ਚਾਹੀਦੀ ਹੈ ਜੀ, ਬਿਲਕੁਲ ਕਰਨੀ ਚਾਹੀਦੀ ਹੈ। ਮੈਂ ਤਾਂ ਪੰਜਾਬ ਦੇ ਲੋਕਾਂ ਕੋਲ ਰੁਪਈਆ ਰੁਪਈਆ ਇਕੱਠਾ ਕਰਕੇ 25-30 ਲੱਖ ਰੁਪਈਆ ਕੈਸ਼ ਦੇ ਕੇ ਆਇਆ ਸੀ ਉਹਨੂੰ, ਮੈਨੂੰ ਕੋਈ ਰਸੀਦ ਨਹੀਂ ਉਹਦੀ ਦਿੱਤੀ ਉਹਨੇ। ਨਹੀਂ ਤਾਂ ਮੈਂ ਪਾਰਟੀਆਂ 'ਚ ਜਦੋਂ ਕੰਮ ਕਰਦਾ, ਅਕਾਲੀ ਦਲ 'ਚ ਅਸੀਂ ਪੈਸੇ ਜਮ੍ਹਾਂ ਕਰਾਉਂਦੇ ਰਹੇ ਹਾਂ, 40% ਅਕਾਲੀ ਦਲ ਰੱਖਦਾ ਰਿਹਾ, 60% ਜ਼ਿਲ੍ਹਿਆਂ ਨੂੰ ਦੇ ਦਿੰਦਾ ਸੀ, ਸਰਕਲਾਂ ਨੂੰ ਦੇ ਦਿੰਦਾ ਸੀ, ਅਤੇ ਥੱਲੇ ਵੀ ਕੰਮ ਕਰਨਾ, ਸਿਰਾ ਉੱਪਰਲੀ ਪਾਰਟੀ ਨਹੀਂ ਚਲਾਉਣੀ, ਥੱਲੇ ਕੰਮ ਤਾਂ ਵਰਕਰਾਂ ਨੇ ਕਰਨਾ। ਇਹਨੇ ਦੀਵਾਨੀ ਕਿਸੇ ਨੂੰ ਨਹੀਂ ਦਿੱਤੀ ਪੰਜਾਬ ਦੇ ਵਿੱਚ। ਹਾਂਜੀ ਯਾਰ, ਗਰੰਟੀਆਂ ਤਾਂ ਦਿੰਦੇ ਹੁੰਦੇ ਆ ਵੀ ਇਹ ਕੱਪੜਾ ਬੜਾ ਚੰਗਾ ਸਾਲ ਬਾਅਦ ਘਟਣਾ ਹੈ, ਆਹ ਜੁੱਤੀ ਬੜੀ ਚੰਗੀ ਆ ਇਹ 2 ਸਾਲ ਬਾਅਦ ਟੁੱਟਣੀ ਆ, ਇਹਦੀਆਂ ਗਰੰਟੀਆਂ ਕਹਿੰਦੀਆਂ? ਗਰੰਟੀਆਂ ਤਾਂ ਉਹਦੇ MLA ਕੋਈ ਨਹੀਂ ਰਿਹਾ, ਕਿਸੇ MLA ਤੋਂ ਉਹਨੇ ਇਤਬਾਰ ਨਹੀਂ ਕੀਤਾ, 20 MLA ਸੀ ਅੱਜ 9 ਰਹਿ ਗਏ ਆ, ਕਾਹਦੀ ਗਰੰਟੀ ਦਿੰਦਾ? ਉਹ ਤਾਂ ਵੱਧ ਤੋਂ ਵੱਧ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਵਰਗ ਲਾਉਂਦਾ, ਆਪਣੇ ਪਿੱਛੇ ਲਾ ਕੇ ਗਮਰਾਹ ਕਰਕੇ ਵੋਟਾਂ ਲੈਣਾ ਚਾਹੁੰਦਾ। ਇਸ ਤਰ੍ਹਾਂ ਪੰਜਾਬ ਦੇ ਲੋਕ ਕੇਵਲ ਤੇ ਕੇਵਲ ਉਹਨੂੰ ਆਪਣੇ ਤੋਂ ਗਾਂਹ ਦਿਸਦਾ ਕੱਖ ਨਹੀਂ। ਹੁਣ ਭਗਵੰਤ ਨੂੰ ਲਾਗੇ ਭਾਲ ਕੇ ਕਹਿੰਦਾ ਵੀ ਮੈਂ ਸਾਫ਼ ਚਿਹਰਾ ਲੱਭ ਰਿਹਾ, ਉਹਦੇ ਮਨ ਤੇ ਕੀ ਗੁਜ਼ਰਦੀ ਹੋਊਗੀ? ਉਹਨੂੰ ਕਿਸੇ ਵੇਖੋ ਨਾ, ਸੁਖਪਾਲ ਖੈਰ ਆਇਆ ਉਹ ਉਹਨੂੰ ਚੰਗਾ ਨਹੀਂ ਲੱਗਦਾ, ਘੁੱਗੀ ਆਇਆ ਉਹ ਉਹਨੂੰ ਨਹੀਂ ਚੰਗਾ ਲੱਗਦਾ, ਅਸੀਂ ਆਏ ਅਸੀਂ ਨਹੀਂ ਚੰਗਾ ਲੱਗਦੇ, ਜੋਗਿੰਦਰ ਯਾਦਵ ਨਹੀਂ ਚੰਗਾ ਲੱਗਦਾ, ਗਾਂਧੀ ਨਹੀਂ ਚੰਗਾ ਲੱਗਦਾ, ਖਾਲਸਾ ਨਹੀਂ ਚੰਗਾ ਲੱਗਦਾ, ਫਿਰ ਉਹਨੂੰ ਚੰਗਾ ਕਿਹੜਾ ਲੱਗਦਾ? ਉਹ ਤਾਂ ਚਾਹੁੰਦਾ ਵੀ ਮੈਨੂੰ ਗੂਠਾ ਮਾਰ ਬੰਦਾ ਚਾਹੀਦਾ, ਜਿਹੜਾ ਜੇ ਮੈਂ ਕਹੀ ਜਾਂ ਵੀ ਦੇਣਾ ਤਾਂ ਦੇਣਾ, ਰਾਤ ਆ ਤਾਂ ਰਾਤ, ਇਹ ਕੋਈ ਜ਼ਮੀਨ ਵਾਲਾ ਬੰਦਾ ਕਰ ਸਕਦਾ? ਮੇਰੇ ਵਰਗਾ ਬੰਦਾ ਨਾਲ? ਮੈਂ ਤਾਂ ਤੁਹਾਡੇ ਸਾਹਮਣੇ ਕਿਹਾ ਸੀ ਵੀ ਮੈਂ ਜ਼ਿੰਦਗੀ 'ਚ ਕਿਸੇ ਪੋਲੀਟੀਕਲ ਪਾਰਟੀ ਕੋਲੋਂ, ਜਿਸ ਪਾਰਟੀ 'ਚ ਮੈਂ ਕੰਮ ਕਰਦਾ, ਜੇ ਦੂਜੀ ਪਾਰਟੀ ਕੋਈ ਦੀਵਾਨੀ ਵੀ ਲਈ ਹੋਵੇ ਤਾਂ ਮੇਰਾ ਕੱਖ ਨਾ ਰਹੇ।
ਨਹੀਂ ਤੇ ਜਿਹੜੇ ਝੂਠੇ ਇਲਜ਼ਾਮ ਲਾਉਂਦੇ ਗੁਰੂ ਰਾਮਦਾਸ ਉਹਨਾਂ ਦਾ ਕੱਖ ਨਾ ਰਹਿਣ ਦੀ, ਗੁਰੂ ਰਾਮਦਾਸ ਨੇ ਰਹਿਣ ਨੀ ਕੱਖ ਦਿੱਤਾ। ਛੋਟੇ ਬੋਲ ਜੀ, ਉਹਨਾਂ ਨੇ ਦਿੱਲੀ ਦੇ ਆਗੂ ਜਿਹੜੇ ਵੱਡੇ ਆਏ ਉਹਨਾਂ ਨੇ